ਕਿੰਨਾ ਕੁ ਫਰਕ ਪਏਗਾ ਕਿ ਇੱਕ ਪਾਸੇ ਇੱਕ ਤੁਸੀਂ ਇਕੱਠੇ ਹੋ ਕੇ ਮੁਕਾਬਲਾ ਕਰਨਾ ਸੀ? ਸੋ ਫਗਵਾੜੇ ਦੇ ਵਿੱਚ ਅਨਫੋਰਚੁਨੇਟਲੀ ਉਹ ਏਕਤਾ ਸਾਡੀ ਨਹੀਂ ਰਹਿ ਸਕੀ। ਮੈਂ ਤਾਂ ਇਸ ਏਕਤਾ ਨੂੰ ਬਰਕਰਾਰ ਰੱਖਣ ਵਾਸਤੇ ਬਸਪਾ ਦੇ ਲੀਡਰਸ਼ਿਪ ਨੂੰ ਇਹ ਵੀ ਕਹਿ ਤਾ, ਤੁਸੀਂ ਜਰਨੈਲ ਲੰਗਰ ਲੈ ਲਓ, ਤੁਸੀਂ ਹਾਥੀ ਦੇ ਸਿੰਬਲ 'ਤੇ ਜਰਨੈਲ ਨੂੰ ਲੜਾ ਲਓ। ਤਾਂ ਜਰਨੈਲ ਲੰਗਰ ਇੱਕ ਸੋਚ ਹੈਗੀ ਆ, ਲੋਕ ਇਨਸਾਫ ਪਾਰਟੀ ਇੱਕ ਸੋਚ ਹੈ ਪੰਜਾਬ ਦੇ ਵਿੱਚੋਂ ਲੁੱਟ ਮਾਫੀਆ ਅਤੇ ਕਰਪਸ਼ਨ ਖਤਮ ਕਰਨ ਵਾਸਤੇ। ਅਸੀਂ ਲੋਕਾਂ ਨੂੰ ਕਹਿੰਦੇ ਸੀ ਵੀ ਇਹ ਕੈਪਟਨ ਅਤੇ ਬਾਦਲਾਂ ਦੀ ਸੰਧੀ ਹੋਈ ਹੋਈ ਹੈ, ਰਲੇ ਨੇ, ਲੋਕਾਂ ਨੇ ਸਾਡੇ 'ਤੇ ਯਕੀਨ ਨਹੀਂ ਕੀਤਾ। ਹੁਣ ਲੋਕ ਕਹਿ ਰਹੇ ਆ, ਕਿਉਂਕਿ ਲੋਕਾਂ ਨੇ ਹਥੇੜੀ 'ਤੇ ਸਰੋਂ ਜੰਮਦੀ ਦੇਖ ਲਈ, ਹੁਣ ਲੋਕ ਕਹਿ ਰਹੇ ਆ ਵੀ ਇਹਨਾਂ 'ਚ ਕੋਈ ਫਰਕ ਨਹੀਂ ਗਾ। ਅਸੀਂ ਤਾਂ ਕਹਿਣ ਗਏ ਸੀ ਵੀ ਜਾਂ ਅਸਤੀਫਾ ਦੇ ਦੇ ਅਤੇ ਜਾਂ ਮੋਦੀ ਗਵਰਨਮੈਂਟ ਤੋਂ ਅਲਟੀਮੇਟਮ 15 ਦਿਨ 20 ਦਿਨ, ਜੇ ਨਹੀਂ ਦੁਬਾਰਾ ਮੰਦਰ ਉਸੇ ਸਥਾਨ 'ਤੇ ਉਸਾਰੀ ਹੁੰਦੀ ਦੈਨ ਅਸਤੀਫਾ ਦੇ ਕੇ ਵਾਪਸ ਆ, ਕਿਉਂਕਿ ਇਸੇ ਗੁਰੂ ਰਵਿਦਾਸ ਜੀ ਦੇ ਅਨੁਯਾਈਆਂ ਨੇ ਹੀ ਵੋਟ ਪਾ ਕੇ ਤੈਨੂੰ ਐਮ ਪੀ ਬਣਾਇਆ। ਅਤੇ ਜੇ ਗੁਰੂ ਰਵਿਦਾਸ ਜੀ ਦੇ ਇਤਿਹਾਸਿਕ ਸਥਾਨ 'ਤੇ ਇੱਦਾਂ ਦੀ ਗੱਲ ਆਵੇ ਤਾਂ ਜ਼ਰੂਰ ਕਾਰਵਾਈ ਕਰਵਾਉਣੀ ਚਾਹੀਦੀ ਸੀ ਮੋਦੀ ਗਵਰਨਮੈਂਟ ਤੋਂ, ਪਰ ਕੁਰਸੀ ਪਿਆਰੀ। ਅਸਲ ਮਹਾਂਸੰਗਰਾਮ ਹੈ 2022 ਦਾ, ਲੋਟੂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਹਰਾਉਣ ਵਾਸਤੇ ਸੀ, ਯੂਨਾਈਟ ਹੋ ਕੇ ਲੜਾ। ਫਗਵਾੜਾ ਦੇ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਨੁਮਾਇੰਦਿਆਂ ਵੱਲੋਂ ਲਗਾਤਾਰ ਜਾ ਰਹੀ ਹੈ। ਇਸੀ ਕੜੀ ਦੇ ਵਿੱਚ ਅੱਜ ਫਗਵਾੜੇ ਦੇ ਵਿੱਚ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਆਪਣੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ, ਅਤੇ ਸੋਹਣੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਰ, ਪਹਿਲਾਂ ਤਾਂ ਤੁਹਾਡੇ ਸਭ ਤੋਂ ਪਹਿਲਾਂ ਤਾਂ ਜਿਹੜੀ ਲੋਕ ਇਨਸਾਫ ਪਾਰਟੀ ਹੈ, ਕਿਹੜੇ ਕਿਹੜੇ ਮੇਨ ਅਹਿਮ ਮੁੱਦਿਆਂ ਨੂੰ ਲੈ ਕੇ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਜਾ ਰਹੀ ਹੈ, ਉਸ ਬਾਰੇ? 2017 ਤੋਂ ਲੈ ਕੇ ਹੁਣ ਤੱਕ ਜਦੋਂ ਦੀ ਕਾਂਗਰਸ ਹਕੂਮਤ ਬਣੀ ਹੈ, ਵੋਟਾਂ 2017 ਅਸੈਂਬਲੀ ਤੋਂ ਪਹਿਲਾਂ ਜਿਹੜੇ ਮੁੱਦੇ ਉਭਾਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸਹੁੰਆਂ ਚੱਕ ਕੇ ਗੁਟਕਾ ਸਾਹਿਬ ਦੀਆਂ ਲੋਕਾਂ ਤੋਂ ਵੋਟਾਂ ਲੈ ਲਈਆਂ, ਸੱਤਾ ਮਿਲ ਗਈ, ਅੱਜ ਮੁੱਦੇ ਉਹੀ ਨੇ, ਚਾਹੇ ਉਹ ਬੇਰੁਜ਼ਗਾਰੀ ਹੈ, ਚਾਹੇ ਉਹ ਕਿਸਾਨ ਆਤਮ ਹੱਤਿਆਵਾਂ, ਚਾਹੇ ਉਹ ਨਸ਼ਾ, ਉਹ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਹੈ, ਉਹ ਆਈਫੋਨ, ਲੈਪਟੋਪ, 2500 ਰੁਪਈਆ ਪੈਨਸ਼ਨ, ਮਤਲਬ ਕੋਈ ਤਾਂ ਇੱਦਾਂ ਦਾ ਮੁੱਦਾ ਹੋਵੇ ਜਿੱਥੇ ਕੈਪਟਨ ਸਰਕਾਰ ਕਹੇ ਵੀ ਹਾਂ ਅਸੀਂ ਕੋਈ ਪ੍ਰਾਪਤੀ ਕੀਤੀ ਹੈ। ਹਾਲਾਤ ਬਦ ਤੋਂ ਬਦਤਰ ਹੋਏ ਆ, ਸੋ ਅਸੀਂ ਇਹ ਸਾਰੇ ਮੁੱਦੇ ਜਨਤਾ ਦੀ ਕਚਹਿਰੀ 'ਚ 2017 ਮੈਨੂੰ ਯਾਦ ਹੈ, ਅਸੀਂ ਲੋਕਾਂ ਨੂੰ ਕਹਿੰਦੇ ਸੀ ਵੀ ਇਹ ਕੈਪਟਨ ਅਤੇ ਬਾਦਲਾਂ ਦੀ ਸੰਧੀ ਹੋਈ ਹੋਈ ਹੈ, ਰਲੇ ਨੇ, ਲੋਕਾਂ ਨੇ ਸਾਡੇ 'ਤੇ ਯਕੀਨ ਨਹੀਂ ਕੀਤਾ। ਹੁਣ ਲੋਕ ਕਹਿ ਰਹੇ ਆ, ਕਿਉਂਕਿ ਲੋਕਾਂ ਨੇ ਹਥੇੜੀ 'ਤੇ ਸਰੋਂ ਜੰਮਦੀ ਦੇਖ ਲਈ, ਹੁਣ ਲੋਕ ਕਹਿ ਰਹੇ ਆ ਵੀ ਇਹਨਾਂ 'ਚ ਕੋਈ ਫਰਕ ਨਹੀਂ ਗਾ। ਇਹ ਪੰਜਾਬ ਨੂੰ ਲੁੱਟਣ ਵਾਸਤੇ ਦੋਨੋਂ ਪਾਰਟੀਆਂ ਆਪਸ ਦੇ ਵਿੱਚ ਇੱਕ ਸੁਰ ਨੇ, ਸੋ ਇਸ ਕਰਕੇ ਬਹੁਤ ਵੱਡੀ ਹਾਂ ਪੱਖੀ ਰੁਝਾਨ ਫਗਵਾੜਾ ਅਤੇ ਦਾਖਾ। ਬਹੁਤ ਉਮੀਦ ਹੈ ਵੀ ਲੋਕ ਇਨਸਾਫ ਪਾਰਟੀ ਵੱਡੇ ਮਾਰਜਨ ਨਾਲ ਦੋਨੇ ਉਪ ਚੋਣਾਂ ਜਿੱਤ ਕੇ ਜਾਊਗੀ। ਅਤੇ ਸਰ, ਦੇਖਿਆ ਜਾਵੇ ਜਿਹੜਾ ਇੱਥੇ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹ ਇੱਕ IAS ਤੇ, ਅਤੇ ਉਹਨਾਂ ਦੇ ਸਾਹਮਣੇ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹਾਂ ਸਰ? ਉਹ IAS ਮੇਰੇ ਕੋਲ ਇੱਕ ਨਹੀਂ, ਉਹਦੇ ਮੇਰਾ ਖਿਆਲ ਸੈਂਕੜੇ ਸਬੂਤ ਪਰੂਫ ਆ ਜਿੱਥੇ ਬੇਈਮਾਨੀ ਅਤੇ ਕਰਪਸ਼ਨ ਹੈ। IAS ਕਾਂਗਰਸ ਨੂੰ ਲੋਕਲ ਲੀਡਰਸ਼ਿਪ ਦੇ ਵਿੱਚੋਂ ਕੀ ਕੋਈ ਕੈਂਡੀਡੇਟ ਹੀ ਨਹੀਂ ਮਿਲਿਆ, ਲਿਆਂਦਾ ਕਿੱਥੋਂ? ਲੁਧਿਆਣਾ ਦੇ ਦਾਖਾ ਹਲਕੇ ਦਾ ਰਹਿਣ ਵਾਲਾ IAS। BJP ਦਾ ਕੈਂਡੀਡੇਟ ਕਿੱਥੋਂ ਆਉਂਦਾ? ਉਹ ਆਉਂਦਾ ਮੇਰਾ ਖਿਆਲ ਆਦਮਪੁਰ ਸਾਈਡ, ਜਲੰਧਰ ਜ਼ਿਲ੍ਹੇ ਦੇ ਵਿੱਚੋਂ। ਐਂਡ ਅਨਫੋਰਚੁਨੇਟਲੀ ਸਾਡੇ ਗੁੱਸੇ ਦੇ ਵਿੱਚ ਰੁੱਸੇ ਹੋਏ ਸਾਥੀ ਬਸਪਾ ਵਾਲੇ ਸ਼ਾਮ 84 ਤੋਂ ਲੈ ਕੇ ਆਉਂਦੇ। ਇੱਕੋ ਹੀ ਉਹਦਾ ਇਹ ਜਿਹੜਾ 24 ਘੰਟੇ ਫਗਵਾੜੇ ਦੇ ਲੋਕਾਂ ਨੂੰ ਜੀ ਜਾਨ ਦੇ ਨਾਲ ਸਮਰਪਿਤ ਹੈ। ਫਗਵਾੜੇ 'ਤੇ ਕੋਈ ਆਫਤ ਆ ਜੇ ਤਾਂ ਇਹ ਯੋਧਾ ਨਾ ਪੁਲਿਸ ਦੀ ਪਰਵਾਹ ਅਤੇ ਨਾ ਜੇਲ੍ਹ ਦੀ ਪਰਵਾਹ, ਇੱਦਾਂ ਦਾ ਰੰਗਰੂਟ, ਇੱਦਾਂ ਦਾ ਦੇਸ਼ ਭਗਤ, ਇਮਾਨਦਾਰ ਯੋਧਾ ਕਿਤੇ 1% ਵੀ ਇਹਨਾਂ ਪਾਰਟੀਆਂ ਦੇ ਕੋਲ ਹੋਵੇ। ਸੋ ਇਹ ਫਗਵਾੜਾ ਵਾਸੀਆਂ ਦੀ ਖੁਸ਼ਕਿਸਮਤੀ ਹੈ, ਕ੍ਰਾਂਤੀਕਾਰੀ ਰੈਵੋਲੂਸ਼ਨਰੀ ਜਿੱਥੇ ਲੀਡਰ ਹੁੰਦੇ ਆ ਉੱਥੇ ਬੇਈਮਾਨ ਬਿਊਰੋਕਰੇਸੀ ਡਰਦੀ ਹੈ। ਤਾਂ ਜਰਨੈਲ ਲੰਗਰ ਇੱਕ ਸੋਚ ਹੈਗੀ ਆ, ਲੋਕ ਇਨਸਾਫ ਪਾਰਟੀ ਇੱਕ ਸੋਚ ਹੈ ਪੰਜਾਬ ਦੇ ਵਿੱਚੋਂ ਲੁੱਟ ਮਾਫੀਆ ਅਤੇ ਕਰਪਸ਼ਨ ਖਤਮ ਕਰਨ ਵਾਸਤੇ, ਗਰਾਸ ਰੂਟ ਲੈਵਲ 'ਤੇ, ਗਰਾਊਂਡ ਰਿਐਲਿਟੀ, ਇਕੱਲੇ ਸਟੇਟਮੈਂਟ ਦੇ ਕੇ ਨਹੀਂ, ਅਖਬਾਰਾਂ ਦੇ ਬਿਆਨ ਲਵਾ ਕੇ ਨਹੀਂ, ਬੇਈਮਾਨੀ ਦੇ ਖਿਲਾਫ ਸੰਘਰਸ਼, ਰਿਸ਼ਵਤਖੋਰ ਅਫਸਰਾਂ ਦੇ ਵਿਰੁੱਧ ਸੰਘਰਸ਼, ਅਸਲੀਅਤ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਮੈਂਬਰ ਲੜਦੇ ਆ। ਅਤੇ ਸਰ, ਲੋਕ ਇਨਸਾਫ ਪਾਰਟੀ ਵੱਲੋਂ ਤੁਸੀਂ ਜਿਹੜਾ ਹੈਗਾ ਕਿਸ ਪਾਰਟੀ ਨਾਲ ਤੁਸੀਂ ਫਗਵਾੜੇ 'ਚ ਆਪਣਾ ਮੁਕਾਬਲਾ ਦੇਖਦੇ ਆ? ਕਾਂਗਰਸ ਅਤੇ BJP ਵਾਲਿਆਂ ਦਾ ਆਪਸ ਦੇ ਵਿੱਚ ਮੁਕਾਬਲਾ। ਮੈਂ ਜਿਹੜੇ ਪਿੰਡ 'ਚ ਗਿਆ ਅੱਜ ਸਵੇਰੇ, ਪਾਂਸਟਾ, ਦੈਨ ਨਰੂੜ, ਫਿਰ ਰਹਾਣਾ ਜੱਟਾਂ, ਹੁਣ ਮੇਟਾਂ ਪਿੰਡ ਦੇ ਵਿੱਚ ਆਇਆ, ਇਹ ਤਾਂ ਮੈਂ ਇਹਨਾਂ ਦਾ ਤਾਂ ਕੋਈ ਕੰਮ ਨਹੀਂ ਕੀਤਾ।
एक सोच दे नाल बजे हुए लोग हाँ पक्षी रुझान कोई विरोध नहीं गा। लोगों ने देखा सारा कुछ हुण तां ग्लोबलाइजेशन हो गया सोशल मीडिया के उत्ते लोग देखते हैं डेढ़ डेढ़ लख रुपया तनखा लैन वाले अफसर कन्न फड़ फड़ के माफिया मंगते भी बैंस साहब एक बार छड़ दे बैंस दी तां सरकार है नहीं लोक इंसाफ पार्टी का सिर्फ दो MLA आ अज लोगों की मनोवस्था कि अज दो MLA वाली पार्टी तो बेईमाना भजना पईआं ने जिदण यह पार्टी सत्ता दे विच आ गई तो उदन पंजाब दे विचो ओवरनाइट रातों रात तब्दीली आएगी पंजाब दे अंदरों की मजाल कोई चमचा रेते का भेजे चिट्टा भेजे की मजाल किसी बेईमान अफसर दी लोगों नूं जलील करके पैसे लै जाए ये तो दुखांत है ना कि सरकारां वाले लोग बेईमान अफसरां नूं पब्लिक डीलिंग वालियां सीटां ते बिठाउंदे आ तां कि लुट दा पैसा पार्टनरशिप जिहड़े ईमानदार अफसर है कमी नहीं ईमानदार अफसरां दी पंजाब च वह ईमानदारी कारण खुडे लैण लाए हुए आ। सो लोक इंसाफ पार्टी का सिद्धांत है करप्शन के विरुद्ध संघर्ष तो अज इस सिद्धांत की बदौलत पूरे पंजाब च नहीं पूरी दुनिया च वसदे पंजाबी ब्लैसिंग दे रहे किन्नी क्लीट की उम्मीद रखते हैं हाँ पक्षी रुझान असी दाखा ते फगवाड़ा बहुत वड्डे फर्क दे नाल जित के जावांगे ये मैनू पूर्ण विश्वास है। तो एक सर अज मुक्तसर साहब दे विच कांग्रेस के आगू नशे दे नाल फड़े गए ने पंजाब दे अंदर कांग्रेस ते अकाली पुलिस वाले ते चिट्टा बेचण वाले ये संगठन है तीन लोगों का सत्ताधारी लोग चिट्टा बेचण वाले ते खाखी वर्दी आ मेरा ख्याल एक जां दो दिन पहला एक पुलिस वाले कोलों लोगों ने चिट्टा बरामद की करके उहदी अराजकता फैली है लोग अफसरां दे गल पैण लग गए बेबसी है ये तीन लोगों का संगठन बनया होया पहले हैगे रूलिंग वाले सत्ताधारी पार्टियां दे लीडर फिर हैगे चिट्टा बेचण वाले ते नाल रले होया पुलिसीए कालियां भेड़ां खाखी वर्दी दे विच जे संगठन टुट जाए तो पंजाब दे विचों चिट्टा कैप्टन साहब ने तो चार हफ्ते गए सी ये चार घंटे च भी खत्म हो सकता अखीर दे विच फिर फगवाड़े दे केड़े अहम मुद्दे ने जिन्हां नूं लैके मैदान च मैं तुहानूं पहलां सारे मुद्दे दस के हटिया फगवाड़ा भी पंजाब दा पार्ट है जो पंजाब दे मुद्दे हैगे आ जिहड़े मैं तुहाडे नाल सांझे कीते उही फगवाड़े दे मुद्दे आ फगवाड़ा पार्ट ऑफ पंजाब है फगवाड़े दे अंदर डिवेलपमेंट दे नाम दे उत्ते असीं आ बाहरलियां कलोनियां च जा के देखिया कैसा बद तो बदतर हालात होए हुए असी मैं विधानसभा की अधीन विधान कमेटी का मैंबर रहा NHAI नूं खिचाई की पुल जरनैल लंगल की बदौलत जिहड़ा मिट्टी वाला पुल बन लग्या सी अज एलीवेटेड NHAI मैं पिछली बार विधानसभा दे विच पिछले साल वाली कमेटी च NHAI नूं लैके क्योंकि पांच जगह तो सोमा कंपनी ने गंद पाया तीन लुधियाणा एक शंभू बार्डर ते पंजवां फगवाड़ा सो ये काम स्टार्ट सत्ताधारी कित्थे हैगे कित्थे सीगे पहलां BJP दे अकाली दल वाले ते कित्थे हैगी हुण कांग्रेस हुण तां BJP दा केंद्र दे विच मंत्री बन गया मंत्री बनण तों बाद गुरु रविदास जी दा इतिहासक स्थान ढह टेरी होया की कीता असीं तां कहण गए सी वी जां अस्तीफा दे दे ते जां मोदी गवर्नमेंट तों अल्टीमेटम 15 दिन 20 दिन जे नहीं दुबारा मंदिर उस स्थान पर उसारी होंगी दैन अस्तीफा दे के वापस आ क्योंकि इसे गुरु रविदास जी के अनुयाइया ने ही वोट पा के तैनू MP बनाया तो अज गुरु रविदास जी के इतिहासक स्थान पर इदा की गल आए तो जरूर कार्रवाई करवानी चाहिए सी मोदी गवर्नमेंट तो पर कुर्सी प्यारी है सर तुसी इस टाइम इस जिमनी चाहते PDA तो अलग होकर लड़ रहे हैं तो जिहड़ा PDA दे विच जिहड़ा जिहड़ा PDA दा जिहड़ा बसपा वालों कैंडीडेट है और जिहड़े अपने लोक इंसाफ पार्टी किन्ना फर्क पएगा क्योंकि एक पास एक वार तुसी इकट्ठे होकर मुकाबला करना सी हुण एक ये जिहड़ा PDA दा थोड़ा नो डाउट मैं तुहाडी गल नाल सहमत हाँ मतलब यूनिटी जिहड़ी आ यूनिटी एकता तो एकता ही हुंदी आ सो फगवाड़े दे विच अनफॉर्चुनेटली वो एकता साडी नहीं रह सकी मैं तो इस एकता नूं बरकरार रखण वास्ते बसपा दे लीडरशिप नूं इह वी कहता तुसीं जरनैल लंगल लै लो तुसीं हाथी दे सिंबल ते जरनैल नूं लड़ा लो हुण एदू वड्डा सैक्रीफाइस एक पार्टी दा प्रधान अपनी पार्टी नूं छड्ड के इह कह रहा वी तुसीं मेरी पार्टी वाला कैंडीडेट लै लो तुसीं हाथी दे एदू वड्डी कुरबानी होर हो नहीं सी सकदी पर इह जरूर उम्मीद हैगी आ वी असीं बाय इलैक्शन तों बाद जिहड़ा असल महासंग्राम है 2022 दा लोटू रवैती पार्टियां अकाली भाजपा ते कांग्रेस नूं हराउण वास्ते सी यूनाइट होके लड़ांगे यानी PDA दे विच फिर दुबारा यूनिटी उदां दी यूनिटी हैगी है चलो एक सीट ते अनफॉर्चुनेटली साडी सहमति नहीं बनी
ਪਰ ਓਵਰਆਲ ਅਸੀਂ ਯੂਨਾਈਟ ਹੈਗੇ ਹਾਂ। ਸੋ ਸਿਮਰਜੀਤ ਸਿੰਘ ਬੈਂਸ ਉਹਨਾਂ ਦਾ ਕਹਿਣਾ ਹੈ ਕਿ ਅਨਫੋਰਚੁਨੇਟਲੀ ਜਿਹੜਾ ਹੈ ਕਿ ਫਗਵਾੜੇ ਦੇ ਵਿੱਚ ਜਿਹੜੀ ਹੈ PDA ਅਤੇ ਲੋਕ ਇਨਸਾਫ ਪਾਰਟੀ ਦੇ ਵਿੱਚ ਜਿਹੜੀ ਹੈ ਯੂਨਿਟੀ ਨਹੀਂ ਬਣ ਸਕੀ, ਪਰ ਜਿਹੜਾ ਅਗਲੀਆਂ ਜਿਹੜੀਆਂ 2022 ਦੀ ਇਲੈਕਸ਼ਨ ਹੋਏਗੀ ਉਹਨਾਂ ਦੇ ਵਿੱਚ ਸਾਰੀਆਂ ਦੀ ਸਾਰੀਆਂ ਸੀਟਾਂ ਦੇ ਵਿੱਚ ਇੱਕ ਹੋ ਕੇ ਹੀ ਲੜਿਆ ਜਾਏਗਾ। ਅਤੇ ਜਿਹੜੀ ਫਗਵਾੜਾ ਜਿਮਨੀ ਚੋਣ ਹੈ ਇਸ ਦੇ ਵਿੱਚ ਹੈ, ਜਾਂ ਜਿਹੜਾ ਇੱਥੇ ਪੰਜਾਬ ਦੇ ਵਿੱਚ ਜਿਹੜੀ ਹੈ ਜਿਮਨੀ ਚੋਣਾਂ 4 ਹਲਕੇ ਚੱਲ ਰਹੀ ਹੈ, ਜਿਹੜੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸੀ ਜਿਹੜੇ ਪੂਰੇ ਨਹੀਂ ਹੋਏ, ਔਰ ਜਿਹੜਾ ਫਗਵਾੜੇ ਦੇ ਵਿੱਚ ਖਾਸ ਕਰ ਜਿਹੜਾ ਵਿਕਾਸ ਦਾ ਸਭ ਤੋਂ ਵੱਡਾ ਮੁੱਦਾ ਹੈਗਾ, ਔਰ ਜਿਹੜੇ ਇਹਦੇ ਜਿਹੜੇ ਫਗਵਾੜੇ ਦੇ ਜਿਹੜੇ ਹਲਕੇ ਨੇ ਜਿਹੜੇ ਖਸਤਾ ਹਾਲਤ 'ਚ ਨੇ, ਵਿਕਾਸ ਇੱਥੇ ਬਿਲਕੁਲ ਨਾ ਮਾਤਰ ਹੈ, ਉਸ ਨੂੰ ਲੈ ਕੇ ਫਗਵਾੜਾ ਦੇ ਵਿੱਚ ਜਿਹੜੀ ਚੋਣ ਲੜੀ ਜਾਏਗੀ। ਚਿਰਾਗ ਸ਼ਰਮਾ, ਅਜੀਤ, ਵੈਬ TV, ਫਗਵਾੜਾ।